ਮਤਲਬ ਵੈਸੇ ਵੀ ਸ਼ਾਹਰੁਖ ਖਾਨ ਤੇ ਤੁਹਾਡੇ ਚ ਕੋਈ ਜ਼ਿਆਦਾ ਫਰਕ ਨਹੀਂ ਹੈ? ਨਾ ਜੀ, ਨਾ ਕੋਈ ਖਾਸ ਫਰਕ ਨਹੀਂ ਹੈ, ਸਿਰਫ ਇੰਨਾ ਕੀ ਫਰਕ ਹੈ ਵੀ ਉਹ ਜ਼ਿਆਦਾ ਸੋਹਣੇ ਨੇ, ਤੁਸੀਂ ਮਤਲਬ ਮਜ਼ਾਕ ਕਰ ਰਹੇ ਹੋ। ਮਜ਼ਾਕ ਤੇ ਮੈਂ ਇੱਥੇ ਇੰਟਰਵਿਊ ਕਰਦਾ ਹੀ ਨਹੀਂ। ਮੈਂ ਨਹੀਂ, ਇੱਥੇ ਬੇਸਿਕ ਨਾਲ ਹੀ ਬੁਲਾਇਆ ਯਾਰ। ਨਹੀਂ, ਬੇਸਤੀ ਨਹੀਂ, ਮੈਂ ਤੁਹਾਡੀ, ਮੈਂ ਖਿੱਚਦੂ ਨਹੀਂ ਕਰ ਰਿਹਾ, ਮੈਂ ਖਿੱਚਦੂ ਦੇ ਵਿੱਚ ਸਿਰਫ ਤੁਹਾਨੂੰ ਇੰਟਰਵਿਊ ਕਰ ਰਿਹਾ। ਨਹੀਂ, ਪ੍ਰੋਗਰਾਮ ਦਾ ਨਾਮ ਠੀਕ ਹੈ ਤੁਹਾਡਾ, ਖਿੱਚਦੂ ਇਹਦਾ ਮਤਲਬ ਇਹ ਥੋੜੀ ਤੇ ਬੇਸਤੀ ਕਰੀ। ਡੋਨਟ ਮਾਈਂਡ, ਤੁਹਾਡਾ ਪੜ੍ਹਾਈ ਲਿਖਾਈ ਦੇ ਵਿੱਚ ਬੜਾ ਹੱਥ ਤੱਕ ਰਿਹਾ। ਡੋਨਟ ਮਾਈਂਡ, ਓ ਪਲੀਜ਼। ਨਹੀਂ ਯਾਰ, ਤੂੰ ਰਹਿਣ ਤੇ, ਤੂੰ ਬੇਸਤੀ ਕਰਨ ਦੇ, ਤੁਸੀਂ ਮੇਰੀ ਬੜੀ ਵਧੀਆ ਲੈਨ ਤੇ, ਨਹੀਂ ਤੇ ਜਾਣ ਕੇ ਉਹ ਗੱਲ ਪੁੱਛਦੇ ਹੋ ਜਿਹਦੇ ਚ ਬੇਸਤੀ ਹੋਵੇ। ਨਹੀਂ, ਮੈਂ ਬੇਸਤੀ ਨਹੀਂ ਕਰ ਰਿਹਾ। ਇਹ ਦੱਸੇ ਵੀ ਮੈਂ ਪੜ੍ਹਿਆ ਲਿਖਿਆ ਨਹੀਂਗਾ। ਲੈਰੀ ਸਾਹਿਬ ਸਮਝ ਨਹੀਂ, ਮੈਂ ਟੀਵੀ ਤੇ ਨਹੀਂ ਦੱਸਣਾ ਮੈਂ ਅਨਪੜ੍ਹਾਂ। ਲੋ ਜੀ, ਇਹਨਾਂ ਨੇ ਨਹੀਂ ਦੱਸਣਾ, ਨਹੀਂ ਦੱਸਣਾ ਮੈਂ ਕਿਉਂ ਬੇਸਤੀ ਕਰਨੀ ਹੈ? ਚਲ ਫਿਰ ਮੈਨੂੰ ਐ ਦੱਸੋ ਵੀ ਤੁਸੀਂ ਪੜ੍ਹੇ ਲਿਖੇ ਆਪ ਨਹੀਂ ਜਾਂ ਤੁਹਾਨੂੰ ਘਰ ਦੇ ਨੇ ਪੜ੍ਹਾਇਆ? ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਖੂਹ। ਰਾਣਾ ਰਣਵੀਰ ਹਾਜ਼ਰ ਹੈ ਤੁਹਾਡੇ ਲਈ ਲੈ ਕੇ ਸਾਫ ਸੁਥਰੀ ਜੀ ਖਿੱਚਤੂ। ਦੋਸਤੋ, ਅੱਜ ਜਿਸ ਕਲਾਕਾਰ ਦੀ, ਜਿਸ ਵਿਅਕਤੀ ਦੀ ਮੈਂ ਖਿੱਚਤੂ ਕਰਨੀ ਹੈ, ਮਤਲਬ ਜਿਹਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹਨੂੰ ਤੁਸੀਂ ਬਾਖੂਬੀ ਜਾਣਦੇ ਹੋ, ਚੰਗੀ ਤਰ੍ਹਾਂ ਪਹਿਚਾਣਦੇ ਹੋ, ਉਹਦੇ ਕੰਮ ਨੂੰ ਬਹੁਤ ਆਨੰਦ ਦੇ ਨਾਲ ਮਾਣਦੇ ਹੋ, ਉਹਦੇ ਬਾਰੇ ਤੁਸੀਂ ਮੁਲਾਕਾਤ ਰਾਹੀਂ ਜਾਣ ਹੀ ਜਾਓਗੇ। ਪਰ ਉਸ ਸ਼ਖਸ ਲਈ ਮੈਂ ਕੁਝ ਸਤਰਾਂ ਕਹਿਣੀਆਂ ਚਾਹਾਂਗਾ, ਇੱਕ ਸ਼ਾਇਰ ਦੀਆਂ ਲਿਖੀਆਂ ਹੋਈਆਂ। ਸ਼ਾਇਰ ਨੇ ਕਿਹਾ ਕਿ ਮੈਂ ਮਿੱਟੀ ਦੀਆਂ ਢੇਰੀਆਂ ਬਣਾਉਂਦਾ ਰਹਿ ਗਿਆ, ਮੈਂ ਖਾਬਾਂ ਵਿੱਚ ਦੁਨੀਆ ਵਸਾਉਂਦਾ ਰਹਿ ਗਿਆ, ਮੇਰਾ ਬਣ ਕੇ ਵੀ ਮੇਰਾ ਕੋਈ ਨਾ ਬਣਿਆ, ਹਰ ਇੱਕ ਨੂੰ ਮੈਂ ਆਪਣਾ ਬਣਾਉਂਦਾ ਰਹਿ ਗਿਆ। ਕੁਝ ਇਸ ਤਰ੍ਹਾਂ ਦਾ ਵਿਅਕਤੀ ਹੈ ਸੁਦੇਸ਼ ਲਹਿਰੀ। ਕੀ ਹਾਲ ਚਾਲ ਨੇ ਜੀ? ਸ਼ੁਕਰ ਹੈ ਮਾਲਿਕ ਦਾ। ਵਾਹ ਜੀ ਵਾਹ, ਕਿੰਨੀ ਖੂਬਸੂਰਤ ਗੱਲ ਕੀਤੀ ਹੈ ਕਿ ਸ਼ੁਕਰ ਹੈ ਮਾਲਿਕ ਦਾ। ਮਾਲਿਕ ਦਾ ਸ਼ੁਕਰਾਨਾ ਕਰਨਾ ਬੰਦੇ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਬਿਲਕੁਲ। ਲਹਿਰੀ ਸਾਹਿਬ, ਬੜਾ ਵਧੀਆ ਕੰਮ ਕਰ ਰਹੇ ਹੋ ਤੁਸੀਂ, ਕਾਮੇਡੀ ਦਾ ਤੁਹਾਡਾ ਫੀਲਡ ਹੈ, ਕਾਮੇਡੀ ਦੇ ਫੀਲਡ ਦੇ ਵਿੱਚ ਲੋਕ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ, ਪਹਿਚਾਣਦੇ ਨੇ, ਤੁਸੀਂ ਆਪਣੇ ਕੰਮ ਦੀ ਇੱਕ ਧਾਂਕ ਵੀ ਜਮਾਈ ਅਤੇ ਵੱਖਰਾ ਕੰਮ ਵੀ ਦਿੱਤਾ ਲੋਕਾਂ ਨੂੰ। ਪਰ ਸਭ ਤੋਂ ਪਹਿਲਾਂ ਮੇਰੇ ਨਾਲ ਇਹ ਗੱਲ ਸਾਂਝੀ ਕਰੋ ਸਾਡੇ ਦਰਸ਼ਕਾਂ ਨਾਲ ਵੀ ਕਿ ਸੁਦੇਸ਼ ਨੂੰ ਕਿਹਦਾ ਆਦੇਸ਼ ਹੋਇਆ ਸੀ ਕਿ ਕਾਮੇਡੀ ਕਰ? ਦੇਖੋ ਜੀ, ਆਦੇਸ਼ ਵੈਸੇ ਮੈਂ ਕਦੀ ਕਿਸੇ ਦਾ ਮੰਨਿਆ ਨਹੀਂ। ਮਤਲਬ ਆਪ ਜੀ ਕਿਸੇ ਦਾ ਆਰਡਰ ਮੰਨਦੇ ਨਹੀਂ? ਨਹੀਂ ਨਹੀਂ, ਮੈਂ ਮੰਨਦਾ ਆਦੇਸ਼ ਪਹਿਲਾਂ ਅੰਦਰੋਂ, ਆਪਣਾ ਆਦੇਸ਼ ਮੰਨਾਂ ਕਿ ਮੇਰੇ ਅੰਦਰੋਂ ਕੀ ਆਵਾਜ਼ ਆਉਂਦੀ ਵੀ ਜਿਹੜਾ ਬੰਦਾ ਆਦੇਸ਼ ਮੈਨੂੰ ਦੇ ਰਿਹਾ ਇਹ ਠੀਕ ਹੈ ਕਿ ਨਹੀਂ, ਮੰਨਣਾ ਚਾਹੀਦਾ ਕਿ ਨਹੀਂ, ਅਤੇ ਮੈਂ ਆਦੇਸ਼ ਮੰਨਿਆ ਜਾਂ ਤਾਂ ਆਪਣੀ ਜਨਾਨੀ ਦਾ। ਅੱਛਾ, ਉਹ ਤਾਂ ਫਿਰ ਹਰੇਕ ਨੂੰ ਮੰਨਣਾ ਪੈਂਦਾ ਦੇਖੋ, ਕਿਉਂਕਿ ਉਹਦੇ ਕੋਲ ਰਹਿਣਾ ਨਾ ਮਹਾਰਾਜ। ਬਿਲਕੁਲ, ਰੋਟੀ ਤਾਂ ਉਹਨੇ ਦੇਣੀ ਨਾ, ਤਾਂ ਹੀ ਬੰਦਾ ਇੱਥੇ ਹੱਸ ਕੇ ਗੱਲ ਕਰ ਰਿਹਾ, ਨਹੀਂ ਤਾਂ ਚੁੱਪ ਕੇ ਆਏ ਮਤਲਬ ਕਿ। ਬਿਲਕੁਲ, ਪਰਮਾਤਮਾ ਨੇ ਤਾਂ ਆਟਾ ਹੀ ਦੇਣਾ, ਬਣਾਉਣੀ ਤਾਂ ਉਹਨੇ ਨਾ। ਵਾਹ ਜੀ ਵਾਹ, ਵਾਹ ਜੀ। ਅਤੇ ਬਾਕੀ ਆਦੇਸ਼ ਜਿਹੜਾ ਨਾ, ਮੈਂ ਸ਼ੀਸ਼ਾ ਸਾਹਿਬ ਦਾ ਜ਼ਿਆਦਾ ਮੰਨਿਆ। ਸ਼ੀਸ਼ਾ ਸਾਹਿਬ ਤੁਹਾਡੇ ਕੀ ਲੱਗਦੇ ਨੇ ਚਾਚੇ ਤਾਏ? ਯਾਰ, ਸ਼ੀਸ਼ਾ ਸਾਹਿਬ ਲੱਗਦੇ ਨਹੀਂ, ਇਹ ਬਾਥਰੂਮ 'ਚ ਜਿਹੜੇ ਸ਼ੀਸ਼ੇ ਲੱਗਦੇ ਨੇ। ਉਹ ਮਤਲਬ ਤੁਸੀਂ ਬਾਥਰੂਮ 'ਚ ਜਾਂਦੇ ਹੋ? ਯਾਰ, ਕੌਣ ਨਹੀਂ ਜਾਂਦਾ ਬਾਥਰੂਮ 'ਚ? ਮੈਂ ਕਿਹਾ ਕਿਤੇ ਹਾੜੀ ਸੌਣੀ ਜਾਂਦੇ ਹੋ, ਮੈਨੂੰ ਕਿਤੇ ਵੀ ਮਤਲਬ ਹਰ ਰੋਜ਼ ਦਾ ਰੁਟੀਨ ਦਾ ਕੰਮ ਹੈ। ਬਿਲਕੁਲ। ਅੱਛਾ ਅੱਛਾ। ਅਤੇ ਸ਼ੀਸ਼ੇ ਸਾਹਮਣੇ ਜਦੋਂ ਮੈਂ ਜਾਂਦਾ ਸੀ ਨਾ ਰਾਣਾ ਸਾਹਿਬ, ਤਾਂ ਮੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਸੀ ਕਿ ਲਹਿਰੀ ਤੂੰ ਕੁਛ ਕਰ ਯਾਰ। ਵਿਹਲਾ ਕਿਉਂ ਬੈਠਾ? ਬਿਲਕੁਲ, ਜਾਂ ਵੀ ਇਹ ਸੀ ਵੀ ਕੁਛ ਕਰ, ਵੀ ਵੱਖਰਾ ਕਰ ਕੁਛ। ਹਾਂ, ਬਾਥਰੂਮ 'ਚ ਜਾ ਕੇ ਜੋ ਕੰਮ ਲੋਕੀ ਕਰਦੇ ਉਹ ਤਾਂ ਸਾਰੇ ਕਰਦੇ ਨੇ, ਠੀਕ ਹੈ। ਮੈਂ ਬਾਥਰੂਮ 'ਚ ਜਾ ਕੇ ਜਦੋਂ ਸ਼ੀਸ਼ਾ ਵੇਖਦਾ ਸੀ ਤੇ ਮੈਂ ਵਨ ਸੋਹਣੀਆਂ ਸ਼ਕਲਾਂ ਬਣਾਉਂਦਾ ਸੀ, ਕਦੀ ਇਦਾਂ ਕਦੀ ਇਦਾਂ, ਕੀੜੇ ਕੱਢਦੇ ਸੀ ਮਤਲਬ ਅੰਦਰੋਂ ਮੈਨੂੰ ਹੁੰਦਾ ਸੀਗਾ ਕਿਸੇ ਵੇਲੇ ਮੈਂ ਹੀਰੋ ਬਣ ਜਾਣਾ, ਮੈਨੂੰ ਲੱਗਦਾ ਸੀਗਾ ਕਿ ਮੈਂ ਕੁਛ ਕਰ ਸਕਦਾ, ਕੁਛ ਬਣ ਸਕਦਾ। ਤੇ ਇੱਦਾਂ ਹੀ ਕਰਦਾ ਕਰਦਾ ਫਿਰ ਮੈਂ ਜਦੋਂ ਟੀਵੀ ਤੇ ਫਿਲਮਾਂ ਦੇ, ਉਦੋਂ ਕਿਸੇ ਕਿਸੇ ਘਰ ਟੀਵੀ ਹੁੰਦੇ ਸੀ ਪੁਰਾਣੇ ਸਮੇਂ, ਤੇ ਮੈਂ ਟੀਵੀ ਦੇਖਣ ਜਾਣਾ, ਟੀਵੀ ਤੇ ਫਿਲਮਾਂ ਦੇਖਣੀਆਂ, ਜਦੋਂ ਖਬਰਾਂ ਲੱਗਣੀਆਂ ਤੇ ਬਾਹਰ ਆ ਕੇ ਐਕਟਿੰਗ ਸ਼ੁਰੂ ਹੋਇਆ, ਮਤਲਬ ਹੀਰੋ ਬਣਨ ਦੀ ਕੋਸ਼ਿਸ਼ ਕਰਦਾ ਸੀ। ਸ਼ੁਰੂ ਚ ਹੀਰੋ ਬਣਨ ਦੀ ਲੱਗਦਾ ਸੀ, ਸ਼ਾਹਰੁਖ ਖਾਨ ਬਣੂਗਾ ਜਾਂ? ਬਿਲਕੁਲ, ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ। ਮਤਲਬ ਵੈਸੇ ਵੀ ਸ਼ਾਹਰੁਖ ਖਾਨ ਤੇ ਤੁਹਾਡੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ? ਨਾ ਜੀ, ਨਾ ਕੋਈ ਖਾਸ ਫਰਕ। ਸਿਰਫ ਇੰਨਾ ਕੀ ਫਰਕ ਹੈ ਵੀ ਉਹ ਜ਼ਿਆਦਾ ਸੋਹਣੇ ਨੇ, ਤੁਸੀਂ ਮਤਲਬ ਮਜ਼ਾਕ ਕਰ ਰਹੇ ਹੋ। ਮਜ਼ਾਕ? ਨਹੀਂ, ਤੂੰ ਮੈਂ ਇੱਥੇ ਇੰਟਰਵਿਊ ਕਰਦਾ ਹੀ ਨਹੀਂ। ਮੈਂ ਨਹੀਂ, ਇੱਥੇ ਬੇਸਿਕ ਨਾਲ ਹੀ ਬੁਲਾਇਆ ਯਾਰ। ਨਹੀਂ, ਬੇਸਤੀ ਨਹੀਂ, ਮੈਂ ਤੁਹਾਡੀ, ਮੈਂ ਖਿੱਚਦੂ ਨਹੀਂ ਕਰ ਰਿਹਾ, ਮੈਂ ਖਿੱਚਦੂ ਦੇ ਵਿੱਚ ਸਿਰਫ ਤੁਹਾਨੂੰ ਇੰਟਰਵਿਊ ਕਰ ਰਿਹਾ। ਨਹੀਂ, ਪ੍ਰੋਗਰਾਮ ਦਾ ਨਾਂ ਠੀਕ ਹੈ ਤੁਹਾਡਾ, ਖਿੱਚਦੂ ਇਹਦਾ ਮਤਲਬ ਇਹ ਥੋੜੀ ਤੇ ਬੇਸਤੀ ਕਰੀ। ਡੋਨਟ ਮਾਈਂਡ। ਚਲੋ ਆਪਾਂ ਅਗਲੇ ਸਵਾਲ ਤੇ ਆਉਂਦੇ ਹਾਂ, ਵਧੀਆ ਸਵਾਲ ਤੇ ਆਉਂਦੇ ਹਾਂ। ਮੈਂ ਤੁਹਾਡੀ ਤਾਰੀਫ ਕਰਨ ਲੱਗਿਆ, ਹੁਣ ਤੁਸੀਂ ਖੁਸ਼ ਹੋ ਜਾਣਾ। ਹਾਂ, ਪੁੱਛੋ। ਲਹਿਰੀ ਸਾਹਿਬ, ਤੁਸੀਂ ਪੰਜਾਬ ਦੇ 90% ਸਿੰਗਰਾਂ ਨਾਲੋਂ ਵਧੀਆ ਗਾਉਂਦੇ ਹੋ, ਸੁਰ ਚ ਗਾਉਂਦੇ ਹੋ। ਬਿਲਕੁਲ। ਫਿਰ ਤੁਸੀਂ ਇਹ ਕਾਮੇਡੀ ਦੇ ਫੀਲਡ 'ਚ ਕਿਉਂ ਕੁਛ ਸਪੈਡ ਕਰ ਲਈ, ਗਾਇਕੀ ਕਰਨੀ ਚਲੇ ਜਾਣਾ ਸੀ ਉੱਧਰ, ਪੈਸਾ ਵੱਧ ਹੈ ਮਹਾਰਾਜ? ਤੁਹਾਡਾ ਮਤਲਬ ਇਹ ਕਿ ਮੈਂ ਇੰਨਾ ਵਧੀਆ ਗਾਣਾ, ਮੇਰੀ ਕੈਸਟ ਕਿਉਂ ਨਹੀਂ ਆਈ? ਹਾਂ, ਕੈਸਟ ਕਿਉਂ ਨਹੀਂ ਆਈ ਤੁਹਾਡੀ? ਤਾਂ ਹੀ ਨਹੀਂ ਆਈ। ਕਿਉਂ? ਕਿਉਂਕਿ ਬਹੁਤ ਵਧੀਆ ਜਦੋਂ ਬੰਦਾ ਗਾਉਂਦਾ ਨਾ ਤੇ ਉਹਨੂੰ ਬਹੁਤ ਵਧੀਆ ਮਿਊਜ਼ਿਕ ਡਾਇਰੈਕਟਰ, ਬਹੁਤ ਵਧੀਆ ਪ੍ਰੋਡਿਊਸਰ ਦੀ ਉਹਦੇ ਤੇ ਨਜ਼ਰ ਪੈਣੀ ਬੜੀ ਜ਼ਰੂਰੀ ਹੈ, ਤੇ ਅੱਛੀ ਆਡੀਅנס ਉਹਨੂੰ ਮਿਲਣੀ ਬੜੀ ਜ਼ਰੂਰੀ ਹੈ। ਸੁਰ ਵਾਲੇ ਘੱਟ ਚੱਲਦੇ ਨੇ? ਨਹੀਂ ਨਹੀਂ, ਚੱਲਦੇ ਨੇ, ਸੁਰ ਵਾਲੇ ਜਦੋਂ ਚੱਲਦੇ ਨੇ ਫਿਰ ਉਹ ਬਹੁਤ ਚੱਲਦੇ ਨੇ, ਫਿਰ ਬਹੁਤ ਜ਼ਿਆਦਾ ਚੱਲਦੇ ਨੇ। ਹਾਂਜੀ, ਤੇ ਜਿਹੜੇ ਦੂਸਰੇ ਨੇ ਮਤਲਬ ਕੰਪਿਊਟਰ ਦੇ ਵਿੱਚ ਆਪਣਾ ਮਿਊਜ਼ਿਕ ਬਣਵਾ ਲੈਣਾ, ਮਿਊਜ਼ਿਕ ਜੀ ਮੇਰੀ ਆਹ ਆਵਾਜ਼ ਕਰ ਦਿਓ, ਮੇਰੀ ਬ੍ਰੀਕ ਕਰ ਦਿਓ, ਤਿੱਖੀ ਕਰ ਦਿਓ, ਬਿਲਕੁਲ, ਤੇ ਉਹ ਫਿਰ
ਡੋਨਟ ਮਾਈਂਡ ਓ ਪਲੀਜ਼ ਨਹੀਂ ਯਾਰ ਤੂੰ ਰਹਿਣ ਦੇ ਤੂੰ ਬੇਇੱਜ਼ਤੀ ਕਰਨ ਦੇ ਤੇਰੀ ਬੜੀ ਵਧੀਆ ਲੈਨ ਤੇ ਨਹੀਂ ਤੂੰ ਜਾਣ ਕੇ ਉਹ ਗੱਲ ਪੁੱਛਦੇ ਹੋ ਜਿਹਦੇ ਚ ਬੇਇੱਜ਼ਤੀ ਹੋਵੇ ਨਹੀਂ ਮੈਂ ਬੇਇੱਜ਼ਤੀ ਨਹੀਂ ਕਰ ਰਿਹਾ ਨਹੀਂ ਇਹ ਦੱਸੇ ਵੀ ਮੈਂ ਪੜਿਆ ਲਿਖਿਆ ਨਹੀਂਗਾ ਲੈਰੀ ਸਾਹਿਬ ਸਮਝ ਨਹੀਂ ਮੈਂ ਟੀਵੀ ਤੇ ਨਹੀਂ ਦੱਸਣਾ ਮੈਂ ਅਨਪੜਾ ਲੋ ਜੀ ਇਹਨਾਂ ਨੇ ਨਹੀਂ ਦੱਸਣਾ ਨਹੀਂ ਦੱਸਣਾ ਮੈਂ ਕਿਉਂ ਬੇਇੱਜ਼ਤੀ ਕਰਾਣੀ ਹੈ ਚਲ ਫਿਰ ਮੈਨੂੰ ਐ ਦੱਸੋ ਵੀ ਤੁਸੀਂ ਪੜੇ ਲਿਖੇ ਆਪ ਨਹੀਂ ਜਾਂ ਤੁਹਾਨੂੰ ਘਰਦਿਆਂ ਨੇ ਨਹੀਂ ਪੜਾਇਆ ਪੜਾਈ ਚ ਹੱਥ ਕਿਹਦਾ ਤੰਗ ਸੀ ਇਹ ਦੱਸਣਾ ਪੜਾਈ ਚ ਹੱਥ ਕਿਹਦਾ ਤੰਗ ਇਹ ਮੇਰੇ ਮਾਪਿਓ ਦਾ ਹੱਥ ਤੰਗ ਸੀ ਲੈਰੀ ਸਾਹਿਬ ਮਾਂ-ਬਾਪ ਦਾ ਹੱਥ ਤੰਗ ਸੀ ਤੁਹਾਨੂੰ ਨਹੀਂ ਪੜਾ ਸਕੇ ਨਹੀਂ ਲਿਖਾ ਸਕੇ ਤੁਹਾਨੂੰ ਪਰ ਤੁਸੀਂ ਆਪਣੀ ਮਿਹਨਤ ਦੇ ਨਾਲ ਬੜੀ ਤੁਸੀਂ ਅੱਗੇ ਤਰੱਦਦ ਕਰਕੇ ਆਪਣੀ ਨੌਲੇਜ ਹਾਸਲ ਕੀਤੀ ਹੈ ਤੁਹਾਨੂੰ ਇੰਗਲਿਸ਼ ਬਾਰੇ ਵੀ ਨੌਲੇਜ ਹੈ ਉਰਦੂ ਬਾਰੇ ਵੀ ਨੌਲੇਜ ਹੈ ਤੁਸੀਂ ਆਪਣੇ ਬੱਚਿਆਂ ਨੂੰ ਵੀ ਪੜਾ ਲਿਖਾ ਰਹੇ ਹੋ ਉਹਨਾਂ ਨੂੰ ਤੁਸੀਂ ਨੌਲੇਜ ਦੇ ਰਹੇ ਹੋ ਇਸ ਤਰ੍ਹਾਂ ਦੀ ਕਿਉਂਕਿ ਪੜਾਈ ਹੈ ਜਿਹੜੀ ਉਹ ਬੜੀ ਜ਼ਰੂਰੀ ਹੈ ਪੜਾਈ ਬਿਨਾ ਬੰਦਾ ਅਧੂਰਾ ਹੈ ਅਧੂਰਾ ਠੀਕ ਹੈ ਨਾ ਬਿਲਕੁਲ ਤੇ ਅਧੂਰਾਪਨ ਤੁਸੀਂ ਆਪਣਾ ਦੂਰ ਕਰ ਲਿਆ ਕਹਿੰਦੇ ਵੈਸੇ ਵੀ इल्म कहते नहीं अल्फाज की पहचान को इल्म तो वो है जो बताए जिंदगी की शान को के निरी पढ़ाई लिखाई नहीं भी डिग्रियां लेके आपा घूमिए असि बहुत पढ़े लिखे हां पर जदों असि पढ़े लिखे वाले काम करांगे प्रैक्टिकल ठीक है असि बोल रहे हैं वैसे तो मास्टर दी लोड़ है हर इंसान नु कहंदे विदाउट द हेल्प ऑफ ए परफेक्ट मास्टर यू कांट अटेन इंसुलेशन यू नो नो आई डोंट नो परफेक्ट मास्टर दी हर इंसान नु जरूरत है किसी भी फील्ड च होवे चाहे वो अध्यात्मिक है चाहे वो कलाकार है कोई भी काम कर रहा है गुरु दी लोड़ है बिल्कुल गुरु दी लोड़ है ते इस करके मेनू मेरे गुरु दुनिया च मैं बहुत कुछ सीखा मेरा हर बंदा गुरु है तुसी भी मेरे गुरु मैं अज तुहाडे कोलों भी सीख रहा महाराज महाराज तुहानू बहुत सुनया मैं टीवी ते देखया कि हर कोलों आपां सीख सकदे आ ते मैं सीख रहा हां इस करके शुक्र है परमात्मा देखो शुक्र अच्छी गल है सीखना चाहिए मैं भी थोड़े को कुछ ना कुछ सीखना चाहना पर बह के सीखना चाहना आप ब्रेक लेने ते फिर बह के थोड़े को सीखना ठीक है जी महाराज लोकी कहने के राणे ने लहरी दी बहजा बहजा कराती बैठो लहरी साहब तुम्हारी बहजा बहजा कराइए राणा साहब बहजा बहजा तो कराई थी जो कहता लहरी बहजा बहजा लहरी साहब सवालों का सिलसिला चल रहा है खिच तू कर रहे हैं जिनी की जा रही है तुम मेरी खिच तू करी जा रहे हो मैं थोड़ी खिच तू करी जा रहा पर ज्यादा नहीं हो रही जे मैं ਤੁਹਾਡੇ ਜ਼ਖਮਾਂ ਤੇ ਲੂਣ ਪੁੱਕਣਾ ਹੋਵੇ ਤਾਂ ਕਿਹੜਾ ਸਵਾਲ ਕਰਾਂ ਆਪ ਜੀ ਨੂੰ ਗੁੱਸਾ ਨਹੀਂ ਤੁਸੀਂ ਹੁਣ ਛੱਡ ਦੋ ਮੈਨੂੰ ਯਾਰ ਮੈਂ ਕਿਹੜਾ ਕਰਦ ਮਾਰ ਕੇ ਪਰ ਲੂਣ ਪੁੱਕਤਾ ਜਾਂ ਹੱਥਾਂ 'ਚ ਲਈ ਫਿਰ ਯਾਰ ਜ਼ਖਮ ਤੁਹਾਡੇ ਜ਼ਖਮਾਂ ਤੇ ਕੀ ਮੈਨੂੰ ਕੋਹੜ ਪਿਆ ਜ਼ਖਮ ਕਿਹੜੇ ਵੇਖ ਲੈ ਤੂੰ ਮੇਰੇ ਇਹ ਮੁਹਾਵਰਾ ਹੁੰਦਾ ਜ਼ਖਮਾਂ ਤੇ ਲੂਣ ਪੁੱਕਣਾ ਵੀ ਕਿਹੜਾ ਮੈਂ ਸਵਾਲ ਕਰਾਂ ਇਹ ਜਾਂ ਵੀ ਤੁਹਾਡੇ ਜ਼ਖਮਾਂ ਤੇ ਲੂਣ ਪੁੱਕਣਾ ਅੱਛਾ ਮੁਹਾਵਰਾ ਵੈਸੇ ਗੱਲ ਕੀਤੀ ਗੱਲਾਂ 'ਚ ਗੱਲ ਹੈ ਹਾਂਜੀ ਕਰੋ 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 ਹਾਂਜੀ ਕਿਹੜਾ ਸਵਾਲ ਕਰਾਂ ਤੁਹਾਨੂੰ ਇਹ ਜਾਂ ਕੋਈ ਵੀ ਕਰ ਲਓ ਜੇ ਤੁਸੀਂ ਕਹੋ ਵੀ ਪੈਸੇ ਲੋਕਾਂ ਦੇ ਕਿੰਨੇ ਦੇਣੇ ਨੇ ਜਨਾਨੀ ਦੇ ਕਿੰਨੇ ਸੁੱਖ ਨੇ ਮਾਂ ਪਿਓ ਦੇ ਕਿੰਨੇ ਸੁੱਖ ਤੈਨੂੰ ਮਿਲੇ ਨੇ ਕੋਈ ਵੀ ਗੱਲ ਕਰ ਲਓ ਮੇਰੇ ਜ਼ਖਮ ਮਤਲਬ ਜੇ ਬਚਪਨ ਦੀ ਗੱਲ ਕਰਨੀ ਹੋਵੇ ਸਟਰਗਲ ਦੀ ਗੱਲ ਕਰਨੀ ਹੋਵੇ ਤਾਂ ਵੀ ਜ਼ਖਮਾਂ ਤੇ ਲੂਣ ਪੁੱਕਣਾ ਹਾਂ ਬਿਲਕੁਲ ਕਰ ਸਕਦੇ ਤੁਸੀਂ ਲਹਿਰੀ ਨੇ ਕਹਿੰਦੇ ਬੜੀ ਲੇਬਰ ਕੀਤੀ ਹੈ ਇਸ ਫੀਲਡ ਦੇ ਵਿੱਚ ਆਉਣ ਤੋਂ ਪਹਿਲਾਂ ਬਿਲਕੁਲ ਇਹ ਵੀ ਜ਼ਖਮਾਂ ਤੇ ਲੂਣ ਪੁੱਕਣ ਵਾਲੀ ਗੱਲ ਹੈ ਨਹੀਂ ਨਹੀਂ ਜੀ ਇਹ ਸਚਾਈ ਹੈ ਇਹ ਸਚਾਈ ਹੈ ਬਿਲਕੁਲ ਔਰ ਮੈਂ ਰਾਣਾ ਸਾਹਿਬ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਣਾ ਕਿ ਮੈਂ ਬਹੁਤ ਮਿਹਨਤ ਕੀਤੀ ਹੈ ਬਹੁਤ ਲੇਬਰ ਕੀਤੀ ਹੈ ਬੜੀਆਂ ਮਿਹਨਤਾਂ ਮਜ਼ਦੂਰੀਆਂ ਕੀਤੀਆਂ ਜ਼ਿੰਦਗੀ 'ਚ ਕਿਉਂਕਿ ਉਹਦੇ ਨਾਲ ਇੱਕ ਤਾਂ ਬੰਦੇ ਨੂੰ ਇਹ ਪਤਾ ਲੱਗਦਾ ਵੀ ਸੱਚਾਈ ਕੀ ਹੈ ਜਦੋਂ ਕਹਿੰਦੇ ਨਾ ਵੀ ਉਹ ਪੁਲ 'ਤੇ ਜਦੋਂ ਬੰਦਾ ਚੜ੍ਹਦਾ ਸਾਈਕਲ 'ਚ ਲਾ ਕੇ ਇੱਦਾਂ ਅਤੇ ਉਸ ਤੋਂ ਬਾਅਦ ਜਦੋਂ ਉਤਰਦਾ ਐਨ ਹਵਾ ਆਉਂਦੀ ਪੈਂਡਲ ਵੀ ਨਹੀਂ ਮਾਰਨਾ ਪੈਂਦਾ ਇਸ ਤਰ੍ਹਾਂ ਮਿਹਨਤ ਤੋਂ ਬਾਅਦ ਜਦੋਂ ਉਹਨੂੰ ਕਾਮਯਾਬੀ ਮਿਲਦੀ ਹੈ ਪਰਮਾਤਮਾ ਕਿਰਪਾ ਕਰਦਾ ਅਤੇ ਉਹਨੂੰ ਸੁੱਖਾਂ ਦੀ ਕਦਰ ਹੁੰਦੀ ਹੈ ਸੁੱਖਾਂ ਦੀ ਕਦਰ ਅਤੇ ਇੱਕ ਮੇਰੀ ਲਾਈਨ ਜਿਸ ਤਰ੍ਹਾਂ ਦੀ ਐਕਟਿੰਗ ਕਰਨੀ ਤੇ ਉਹ ਉਹਦੇ ਵਿੱਚ ਸਾਰੀ ਐਕਟਿੰਗ ਕਰਨੀ ਆਪੇ ਹੀ ਆ ਜਾਂਦੀ ਹੈ ਕਿਉਂਕਿ ਅਸੀਂ ਹਰ ਕੰਮ ਕੀਤੇ ਨੇ ਨਹੀਂ ਇਹ ਹੁਣ ਸੁੱਖਾਂ ਦੀ ਕਦਰ ਦੇ ਵਿੱਚ ਐਕਟਿੰਗ ਦੇ ਵਿੱਚ ਤੁਸੀਂ ਉਹ ਆਪਣਾ ਪਾਸਟ ਰੋਲ ਤਾਂ ਨਹੀਂ ਰਹੇ ਨਾ ਇਹ ਗੱਲ ਤਾਂ ਸਾਹਮਣੇ ਆ ਚੁੱਕੀ ਵੀ ਉਸ ਨੂੰ ਚੇਤੇ ਆ ਤੁਹਾਡਾ ਸਾਰਾ ਕੁਝ ਬਿਲਕੁਲ ਜੀ ਲਹਿਰੀ ਸਾਹਿਬ ਇਸ ਸੁੱਖ ਦੀ ਕਹਾਣੀ ਦੇ ਵਿੱਚ ਦੁੱਖਾਂ ਦੀ ਦਾਸਤਾਂ ਕਿਤੇ ਭੁੱਲ ਤਾਂ ਨਹੀਂ ਗਏ ਨਹੀਂ ਰਾਣਾ ਸਾਹਿਬ ਮੇਰੇ ਗੁਰੂ ਮਹਾਰਾਜ ਜੀ ਹਮੇਸ਼ਾ ਦੱਸਦੇ ਕਹਿੰਦੇ ਯਾਦ ਹੈ ਤੋ ਆਬਾਦ ਹੈ ਭੁੱਲ ਗਏ ਤੋ ਬਰਬਾਦ ਹੈ ਬੰਦਾ ਜੇ ਆਪਣਾ ਅਤੀਤ ਭੁੱਲ ਜਾਂਦਾ ਤਾਂ ਬਰਬਾਦ ਹੋਣ ਕਿਨਾਰੇ ਹੈ ਬਿਲਕੁਲ ਜੀ ਵੈਸੇ ਤੁਹਾਡਾ ਕਿਨਾਰਾ ਬੜਾ ਸਹੀ ਫੜਿਆ ਹੋਇਆ ਤੁਸੀਂ ਨੇ ਤੁਸੀਂ ਅਤੀਤ ਵੀ ਯਾਦ ਰੱਖਿਆ ਹੈ ਤੇ ਵਰਤਮਾਨ ਨੂੰ ਵੀ ਇੰਜੋਏ ਕਰ ਰਹੇ ਹੋ ਬਿਲਕੁਲ ਵਾਹ ਜੀ ਵਾਹ ਜ਼ਖਮਾਂ ਤੇ ਲੂਣ ਤਾਂ ਖੈਰ ਬੜਾ ਨਹੀਂ ਪੁੱਕਿਆ ਗਿਆ ਤੁਸੀਂ ਅੱਛੇ ਨੋਟ ਤੇ ਗੱਲ ਖਤਮ ਕੀਤੀ ਸੀ ਆਪਣੀ ਜਿਹੜੀ ਸਵਾਲ ਕੀਤਾ ਸਾਨੂੰ ਜ਼ਖਮਾਂ ਤੇ ਲੂਣ ਪੁੱਕਣ ਵਾਲਾ ਪਰ ਇਸੇ ਤਰ੍ਹਾਂ ਦੇ ਕੁਝ ਲਾਈਫ ਦੇ ਵਿੱਚ ਆਮ ਤੌਰ ਤੇ ਇੰਸੀਡੈਂਟ ਖੱਟੇ ਮਿੱਠੇ ਕੌੜੇ ਹੁੰਦੇ ਰਹਿੰਦੇ ਨੇ ਲਾਈਫ ਦੇ ਵਿੱਚ ਇੱਕ ਦੋ ਚੀਜ਼ਾਂ ਹੁੰਦੇ ਨਾਲ ਨਾਲ ਚੱਲਦੀਆਂ ਨੇ ਵਿਆਹੇ ਹੋਏ ਦੇ ਖਾਸ ਤੌਰ ਤੇ ਵਾਈਫ ਐਂਡ ਨਾਈਫ ਜੇ ਵਾਈਫ ਨਹੀਂ ਹੋਊਗੀ ਤਾਂ ਖਾਣਾ ਨਹੀਂ ਮਿਲੂ ਜੇ ਨਾਈਫ ਨਹੀਂ ਹੋਊਗਾ ਤਾਂ ਚੀਜ਼ ਨੂੰ ਕੱਟੂਗਾ ਨਹੀਂ ਤੁਹਾਡੇ ਤੱਕ ਚੀਜ਼ ਨਹੀਂ ਆਉਣੀ ਤੁਸੀਂ ਜ਼ਿੰਦਗੀ ਦੇ ਵਿੱਚ ਲਾਈਫ ਵਾਈਫ ਤੇ ਨਾਈਫ ਨੂੰ ਸੀਰੀਅਸਲੀ ਲੈਣੇ ਜਾਂ ਨਾਨ ਸੀਰੀਅਸਲੀ ਲੈਣੇ ਇਹ ਸੀਰੀਅਸਲੀ ਮੈਂ ਸਿਰਫ ਜ਼ਿਆਦਾ ਸੀਰੀਅਸ ਮੈਂ ਆਪਣੀ ਵਾਈਫ ਨੂੰ ਹੀ ਲੈਣਾ ਵਾਈਫ ਨੂੰ ਸੀਰੀਅਸਲੀ ਲੈਣੇ ਕਿਉਂਕਿ ਉਹ ਜ਼ਿਆਦਾ ਸੀਰੀਅਸ ਰਹਿੰਦੀ ਬਿਮਾਰ ਰਹਿੰਦੀ ਹੈ ਜਿਹੜੀ ਵਾਈਫ ਹੈ ਉਹਨੂੰ ਸੀਰੀਅਸਲੀ ਲਵਾਂਗੇ ਨਾ ਜੇਕਰ ਤੇ ਕਿਉਂਕਿ ਉੱਥੋਂ ਹੀ ਸਾਰਾ ਘਰ ਚੱਲਣਾ ਬਿਲਕੁਲ ਜੀ ਤੇ ਮੇਰੀਆਂ ਤੇ ਆਈਟਮਾਂ ਵੀ ਬਿੱਲੋ ਤੋਂ ਹੀ ਬਣਦੀਆਂ ਹੋਮ ਮਿਨਿਸਟਰੀ ਤੋਂ ਬਣਦੀਆਂ ਨੇ ਬਿਲਕੁਲ ਕਈ ਆਈਟਮਾਂ ਘਰ ਬਣਦੀਆਂ ਨੇ ਹਿੱਟ ਹੋਈ ਹੈ
मैं कहना जिनी बेचारी भोली भाली है ना उन्निया आइटमां सो ज्यादा बंदियां। एक दिन की गल है कि घर कोई मिलन आ गया ते हुण उहनूं पता नहीं लगता भी कि गल किस तरह भी समझ मैनूं समझा रही भी कौन मिलन आया सी। अच्छा। मैं कहा कौन आया ਕਹਿੰਦੀ ਆਇਆ ਸੀ ਬੰਦਾ ਉੱਚਾ ਲੰਮਾ ਜਵਾਨ ਸੀ ਵੈਸੇ ਗਿੱਠਾ ਜਿਹਾ ਸੀ ਅਤੇ ਉੱਦਾਂ ਵਾਹਵਾ ਮੋਟਾ ਸੀ ਸੁੱਕਾ ਜਿਹਾ ਅਤੇ ਕਾਲਾ ਜਿਹਾ ਸੀਗਾ ਵੈਸੇ ਗੋਰਾ ਜਿਹਾ ਅਤੇ ਨਾ ਨਹੀਂ ਮੈਨੂੰ ਯਾਦ ਹੈਗਾ। ਮੈਂ ਕਿਹਾ ਨਾਂ ਤਾਂ ਦੱਸ ਅਤੇ ਨਾ ਪਤਾ ਨਹੀਂ ਕੀ ਰਲਦਾ ਮਿਲਦਾ ਦੱਸ ਦਿੰਦੀ ਹਾਂ ਤੁਸੀਂ ਅੱਗੋਂ ਆਪੇ ਹਿਸਾਬ ਲਾ ਲਓ। ਮੈਂ ਕਿਹਾ ਦੱਸਦਾ ਬਹੁਤ ਸੀ ਪਰ ਗੂੰਗਾ ਸੀ। ਹਾਂ ਬਿਲਕੁਲ ਕਹਿੰਦੀ ਨਾ ਹੀ ਉਹਦਾ ਪਤਾ ਨਹੀਂ ਬਲਵਿੰਦਰ ਪਤਾ ਨਹੀਂ ਕੁਲਵਿੰਦਰ ਪਤਾ ਨਹੀਂ ਨਰਿੰਦਰ ਪਤਾ ਨਹੀਂ ਹਰਜਿੰਦਰ ਪਤਾ ਨਹੀਂ ਹਾਂ ਬਿੱਟੂ ਜ਼ਿਆਦਾਤਰ ਗਾਲਾਂ ਝਿੜਕਾਂ ਛੇਤਰ ਇਹੋ ਹੀ ਨੇ। ਵੈਸੇ ਦੇਖਿਆ ਜਾਵੇ ਜੋ ਮਰਜ਼ੀ ਘਰ ਵਾਸਤੇ ਕਰ ਲਓ ਪਰ ਜਿਹੜੀਆਂ ਜਨਾਨੀਆਂ ਕਦੇ ਖੁਸ਼ ਨਹੀਂ ਹੋਈਆਂ। ਮਤਲਬ ਆਦਤਾਂ ਇੰਨੀਆਂ ਖਰਾਬ ਨੇ ਤੁਹਾਡੀਆਂ ਗਾਲਾਂ ਝਿੜਕਾਂ ਪੈਂਦੇ ਨਹੀਂ ਨਹੀਂ ਮੈਂ ਚੰਗਾ। ਅੱਛਾ ਮੈਂ ਚੰਗਾ। ਹਾਂ ਮੈਂ ਚੰਗਾ ਮੈਂ ਬਹੁਤ ਚੰਗਾ ਘਰ ਦੇ ਵਿੱਚ ਹਰ ਇੱਕ ਚੀਜ਼ ਜੇ ਉਹ ਸਭ ਕੁਝ ਲੇਕਿਨ ਉਹ ਆਦਤਾਂ ਪੁਰਾਣੀਆਂ ਪਈਆਂ ਨਾ। ਜੇ ਭਾਬੀ ਨੇ ਪ੍ਰੋਗਰਾਮ ਦੇਖ ਲੈਣਾ ਆਪਣੇ ਆਪ ਨੂੰ ਚੰਗਾ ਕਹੀ ਜਾ ਰਹੇ ਹੋ ਮੈਨੂੰ ਤਾਂ ਫਿਰ ਗੱਲ ਸੀਰੀਅਸ ਹੋ ਜਾਣੀ ਕਰ ਜਾ ਕੀ ਮਤਲਬ ਇਹ ਪ੍ਰੋਗਰਾਮ ਟੀਵੀ ਤੇ ਆਣਾ ਬਕਾਇਦਾ ਹੋਣਾ ਮਾਰਾ ਸ਼ੂਟਿੰਗ ਹੋ ਰਹੀ ਹੈ। ਨਹੀਂ ਨਹੀਂ ਜਿਹੜੀ ਵਾਈਫ ਹੈ ਨਾ ਉਹ ਉਹਦੀ ਬਹੁਤ ਇੱਜ਼ਤ ਕਰਦਾ ਕਿਉਂਕਿ ਉਹਦੇ ਕਰਕੇ ਮੈਂ ਸਭ ਕੁਝ ਹਾਂ ਔਰ ਮੇਰੀ ਬਹੁਤ ਰਿਸਪੈਕਟ ਕਰਦੀ ਹੈ ਉਹ ਬਸ ਉਹਦੇ ਮਾਰਾ ਹੀ ਮੈਂ ਤਾਂ ਸਭ ਕੁਝ ਹਾਂ। ਸਮਝ ਗਿਆ ਤੁਸੀਂ ਕਿੰਨਾ ਸੀਰੀਅਸ ਲੈ ਰਹੇ ਹੋ। ਨਹੀਂ ਨਹੀਂ ਮੈਨੂੰ ਤਾਂ ਪਤਾ ਨਹੀਂ ਸੀ ਨਾ ਟੀਵੀ ਤੇ ਆ ਰਿਹਾ ਪ੍ਰੋਗਰਾਮ। ਅੱਛਾ ਟੀਵੀ ਤੇ ਬਕਾਇਦਾ ਆ ਰਿਹਾ। ਚਲੋ ਘਰ 'ਚ ਤਾਂ ਖਾਣ ਦੀ ਹੋ ਗਈ ਝਿੜਕਾ ਖਾਂਦੇ ਹੋ ਘਰ ਤੋਂ ਬਾਹਰ ਕੀ ਖਾਣਾ ਪਸੰਦ ਕਰਦੇ ਹੋ? ਬਾਹਰ ਜ਼ਿਆਦਾ ਕਲਾਕਾਰਾਂ ਨੂੰ ਅੱਜ ਕੱਲ੍ਹ ਪਤਾ ਨਹੀਂ ਵੀ ਧੱਕੇ ਧੱਕੇ ਬਿਲਕੁਲ ਧੱਕੇ ਬਹੁਤ ਪੈ ਰਹੇ ਨੇ ਕਿਉਂਕਿ ਜਦੋਂ ਦਾ ਮਤਲਬ ਕਲਾਕਾਰ ਦੀਆਂ ਜਦੋਂ ਪਹਿਲਾਂ ਕੈਸਟਾਂ ਆਉਂਦੀਆਂ ਸੀ ਸਿੰਗਰਾਂ ਦੀਆਂ ਹੈ ਨਾ ਅਤੇ ਉਹ ਲੋਕ ਕੈਸਟਾਂ ਲਿਆ ਕੇ ਸੁਣਦੇ ਸੀ ਕਦੀ ਕਾਰ ਕਦੀ ਗੱਡੀਆਂ 'ਚ। ਅੱਜ ਕੱਲ੍ਹ ਤੁਹਾਨੂੰ ਪਤਾ ਵੀ ਇਹ ਜਿਹੜੇ ਸਿਸਟਮ ਚੱਲ ਪਏ ਨੇ ਉਹਨਾਂ ਦੀਆਂ ਕੈਸਟਾਂ ਲਿਆ ਕੇ ਲੋਕ ਡਾਂਸ ਡੂੰਸ ਕਰ ਲੈਂਦੇ ਨੇ ਅਤੇ ਮਤਲਬ ਕਿ ਕਲਾਕਾਰਾਂ ਨੂੰ ਧੱਕੇ ਧੱਕੇ ਹੀ ਨੇ ਬਿਲਕੁਲ ਬਿਲਕੁਲ। ਇਸ ਕਰਕੇ ਸ਼ੁਕਰ ਹੈ ਪਰਮਾਤਮਾ ਦਾ ਅਸੀਂ ਕਮੇਡੀਅਨ ਆ ਕਿਉਂਕਿ ਨਹੀਂ ਤਾਂ ਇਹੋ ਜਿਹਾ ਟਾਈਮ ਨਾ ਆਉਂਦਾ ਵੀ ਮਗਰ ਕੈਸਟਾਂ ਲਾ ਕੇ ਸਕਿੱਟਾਂ ਦੀਆਂ ਲੋਕ ਅੱਗੇ ਮੂੰਹ ਲਾ ਲੈਣ ਹੱਸ ਰਹੇ ਨੇ ਇੰਨਾ ਕੁ ਬਚਾ ਰਿਹਾ ਹੈ ਕਮੇਡੀ ਬਿਲਕੁਲ ਬਿਲਕੁਲ ਅਸੀਂ ਬਚਾ ਹੈ ਵੈਸੇ ਪਰ ਬਚਾ ਰਹਿਣਾ ਚਾਹੀਦਾ ਹੈ ਵੈਸੇ ਧੱਕੇ ਖਾਣ ਦੀ ਪਰ ਧੱਕੇ ਤੁਸੀਂ ਕਹੋਗੇ ਵੀ ਧੱਕੇ ਕਿੱਦਾਂ ਕਿਉਂਕਿ ਜੇ ਸਾਡੇ ਸਿੰਗਰ ਜਿਹੜੇ ਇਹਨਾਂ ਨੂੰ ਸ਼ੋਅ ਮਿਲਣਗੇ ਤੇ ਅਸੀਂ ਵੀ ਇਹਨਾਂ ਨਾਲ ਜਾਵਾਂਗੇ ਨਾ ਇਸ ਕਰਕੇ ਸਾਨੂੰ ਉਹਨਾਂ ਨਾਲ ਕੰਮ ਕਰਾਉਣਾ ਹਰੇਕ ਨੂੰ ਆਪਣੀ ਰੋਜ਼ੀ ਰੋਟੀ ਮਿਲਣੀ ਚਾਹੀਦੀ ਬਿਲਕੁਲ। ਇਹ ਧੱਕਿਆਂ ਦੀ ਗੱਲ ਚੱਲੀ ਸੀ ਇੱਕ ਸਟਰਗਲ ਲਾਈਫ ਸਟਰਗਲ ਲਾਈਫ ਦੇ ਵਿੱਚ ਬੜਾ ਸਫਰ ਕਿੰਨਾ ਹੋਣਾ ਹੈ ਆਟੋ ਵਿੱਚ ਚੜੇ ਹੋਵੋਗੇ ਸਾਈਕਲ ਚਲਾਇਆ ਹੋਣਾ ਹੈ ਬੱਸਾਂ ਦੇ ਵੀ ਸਫਰ ਕੀਤਾ ਹੈ ਹੁਣ ਲਹਿਰੀ ਕੋਲ ਗੱਡੀ ਹੈ ਗੱਡੀ ਦੇ ਪਿੱਛੇ ਬੈਠੇ ਹੈ ਡਰਾਈਵਰ ਗੱਡੀ ਚਲਾ ਰਿਹਾ ਹੈ ਤੁਸੀਂ ਆਪਣੇ ਮੁਕਾਮ ਤੇ ਪਹੁੰਚ ਰਹੇ ਹੋ ਮੰਜ਼ਿਲ ਤੇ ਪਹੁੰਚ ਰਹੇ ਹੋ ਕਿੰਨੀ ਕੁ ਦੇਰ ਹੋ ਗਈ ਹੁਣ ਬੱਸ 'ਚ ਚੜਿਆ ਨੂੰ ਕਦੇ ਬੱਸ ਦਾ ਸਫਰ ਯਾਦ ਆਇਆ ਮਤਲਬ ਮਿਸ ਕਰਦੇ ਹੋ ਉਸ ਚੀਜ਼ ਨੂੰ ਕਦੋਂ ਜੀ ਕਰਦਾ ਬੱਸ ਚੜ ਜਾ ਕਿੰਨੀ ਕੁ ਦੇਰ ਹੋ ਗਈ ਬੱਸ ਚੜਿਆ ਮੈਨੂੰ ਬੱਸ 'ਚ ਤੇ ਕਾਰ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਬੱਸ 'ਚ ਜਦੋਂ ਮੈਂ ਬਹਿੰਦਾ ਸੀ ਅਤੇ ਉਹ ਬੱਸ ਵਾਲਾ ਲਾਇਆ ਮਗਰ ਗਲਾਈ ਗਲਾਈ ਮਗਰ ਭੱਜ ਕੇ ਉਹ ਡਰਾਈਵਰ ਵੀ ਮੇਰਾ ਹੋ ਜਿਹਾ ਉਹ ਆਪ ਅੱਗੇ ਕੀ ਹੁੰਦਾ ਮੈਂ ਉਹ ਯਾਰ ਮੈਂ ਤਾਂ ਮਿੰਟ ਲੈ ਜਾ ਉਹ ਮੇਰਾ ਡਰਾਈਵਰ ਹੀ ਇੱਦਾਂ ਦਾ ਬੱਸ ਕਰਾ ਰੱਖੀ ਪਰ ਇੱਕ ਗੱਲ ਹੈ ਰਾਣਾ ਸਾਹਿਬ ਕਿ ਜੋ ਉਹ ਮਾਹੌਲ ਬੱਸਾਂ ਦੇ ਵਿੱਚ ਬਹਿਣਾ ਮੈਟਰ ਗੱਲਾਂ ਬਾਤਾਂ ਹੈ ਨਾ ਇੰਜੋਏ ਗੱਡੀਆਂ 'ਚ ਬਹਿ ਜਾਣਾ ਉੱਥੇ ਸੀਟ ਨਹੀਂ ਲੱਭਣੀ ਕਿਉਂਕਿ ਟਿਕਟ ਹੀ ਉਹ ਨਹੀਂ ਹੁੰਦੀ ਸੀ ਇੱਦਾਂ ਖਲੋਕ ਲੋਕ ਹੀ ਦਿੱਲੀ ਜਾਣਾ ਅੰਮ੍ਰਿਤਸਰੋਂ ਉਹ ਮਾਹੌਲ ਜਿਹੜਾ ਉਹ ਹੱਲੇ ਵੀ ਸਾਨੂੰ ਚੰਗਾ ਲੱਗਦਾ ਅੱਜ ਵੀ ਉਹ ਦਿਲ ਕਰਦਾ ਔਰ ਜਾਈਦਾ ਬੱਸਾਂ 'ਚ ਵੀ ਬਹਿੰਦੇ ਹਾਂ ਗੱਡੀਆਂ 'ਚ ਬਹਿੰਦੇ ਹਾਂ ਪਰ ਇੱਕ ਚੀਜ਼ ਦਿਮਾਗ 'ਚ ਰੱਖੀ ਹੈ ਜਦੋਂ ਬੱਸ ਵਿੱਚ ਬਹਿਣਾ ਤਾਂ ਸੋਚਣਾ ਮੈਂ ਕਾਰ 'ਚ ਬੈਠਾ ਅਤੇ ਜਦੋਂ ਕਾਰ 'ਚ ਬਹਿਣਾ ਉਦੋਂ ਸੋਚਣਾ ਮੈਂ ਬੱਸ 'ਚ ਬੈਠਾ ਮਤਲਬ ਕਿ ਆਪਣੇ ਆਪ ਨੂੰ ਹਮੇਸ਼ਾ ਨਿਊਟਰਲ ਰੱਖਣਾ ਇਹ ਨਹੀਂ ਕਿਉਂਕਿ ਅੱਜ ਜੋ ਹੈ ਹੋ ਸਕਦਾ ਕੱਲ੍ਹ ਨੂੰ ਨਾ ਹੋਵੇ ਕਿਉਂਕਿ ਜੋ ਸਾਡੇ ਕੋਲ ਨਹੀਂ ਸੀ ਅੱਜ ਉਹ ਹੈ ਅਤੇ ਫਿਰ ਦੁਬਾਰਾ ਆ ਸਕਦਾ ਨਾ ਬਿਲਕੁਲ ਨਹੀਂ ਪਤਾ। ਇਸ ਕਰਕੇ ਹਮੇਸ਼ਾ ਜੋ ਸਾਡਾ ਚੱਲ ਰਿਹਾ ਸਮਾਂ ਇਹ ਵਰਤਮਾਨ ਕਾਲ ਜਿਹੜਾ ਇਹਨੂੰ ਭੂਤਕਾਲ ਵਿਸ਼ਕਾਲ ਉਹ ਬਾਅਦ ਦੀ ਗੱਲ ਜੋ ਹੈ ਇਹਦੇ ਵਿੱਚ ਆਪਾਂ ਰਹਿਣਾ ਔਰ ਸ਼ੁਕਰ ਕਰਨਾ ਪਰਮਾਤਮਾ। ਆਪਾਂ ਕਾਮੇਡੀ ਕਾਲ ਦੀ ਗੱਲ ਕਰਦੇ ਹਾਂ ਹਾਂਜੀ ਵੈਸੇ ਤੁਸੀਂ ਭੂਤਕਾਲ ਦੀ ਗੱਲ ਕੀਤੀ ਹੈ ਭਵਿੱਖਕਾਲ ਦੀ ਗੱਲ ਕੀਤੀ ਹੈ ਜਿਹੜੇ ਕਾਮੇਡੀਅਨ ਨੇ ਆਪਣੇ ਪੰਜਾਬ ਦੇ ਆਮ ਤੌਰ 'ਤੇ ਇਹਨਾਂ 'ਤੇ ਇੱਕ ਇਲਜ਼ਾਮ ਲੱਗਦਾ ਕਿ ਜਿਹੜੇ ਕਾਮੇਡੀਅਨ ਨੇ ਮੈਟਰ ਚੋਰੀ ਕਰਦੇ ਨੇ। ਜਿਹੜਾ ਸੁਦੇਸ਼ ਲਹਿਰੀ ਹੈ ਮੈਟਰ ਆਪ ਲਿਖਦਾ ਜਾਂ ਮੈਟਰ ਕਿਤੋਂ ਫਿਰ ਇੱਧਰੋਂ ਮਤਲਬ ਵੀ ਨਹੀਂ 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 ਮੈਂ ਮੈਟਰ ਆਪ ਲਿਖਣਾ ਜੀ ਆਪ ਲਿਖਦੇ ਹੋ ਬਿਲਕੁਲ ਵੈਰੀ ਗੁੱਡ ਕਿਵੇਂ ਲਿਖਦੇ ਹੋ? ਇਹੋ ਕੈਸਟਾਂ ਕੁਸਟਾਂ ਇਕੱਠੀਆਂ ਕਰਕੇ ਲੋਕਾਂ ਦੀ ਉਹਨੂੰ ਸੁਣੀਦਾ ਫਿਰ ਉਹਦੇ 'ਚੋਂ ਆਪ ਲਿਖੀਦਾ ਵੀ ਕਿਹੜੀ ਸਕਿੱਟ ਵਧੀਆ ਉਹਨੂੰ ਮਤਲਬ ਮਜ਼ਾਕ ਕੀਤਾ ਜੇ ਤੁਸੀਂ ਮਜ਼ਾਕ ਕਰ ਸਕਦੇ ਮੈਂ ਨਹੀਂ ਕਰ ਸਕਦਾ। ਨਹੀਂ ਨਹੀਂ ਮਜ਼ਾਕ ਕੀਤਾ ਅੱਛਾ ਮਜ਼ਾਕ ਹੈ ਵੈਸੇ ਤੁਸੀਂ ਇਸ ਗੱਲ ਨੂੰ ਕਿੰਨਾ ਕੁ ਮੰਨਦੇ ਹੋ ਵੀ ਕਾਮੇਡੀ ਦਾ ਮੈਟਰ ਅਕਸਰ ਚੋਰੀ ਕਰਕੇ ਲਿਖਿਆ ਜਾਂਦਾ? ਨਹੀਂ ਐਸੀ ਗੱਲ ਨਹੀਂ ਹੈ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਸਾਰੇ ਚੋਰੀ ਕਰਕੇ ਲਿਖਦੇ ਨੇ ਅਤੇ ਕਈ ਵਾਰੀ ਮੋਟਾ ਤਾਂ ਹੁੰਦਾ ਹੀ ਨਹੀਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਰਾਣਾ ਸਾਹਿਬ ਕਿ ਜਿਹੜੀ ਦਿਮਾਗ 'ਚ ਤੁਹਾਡੇ ਗੱਲ ਆਈ ਹੈ ਉਹ ਮੇਰੇ ਵੀ ਆ ਸਕਦੀ ਹੈ ਬਿਲਕੁਲ ਠੀਕ ਹੈ ਨਾ ਅਤੇ ਉਹ ਬਾਈ ਦੀ ਵੇ ਆਉਂਦਾ ਕਿ ਆਪਾਂ ਇਕੱਠੇ ਬੈਠੇ ਮੈਂ ਗੱਲ ਸੁਣਾਈ ਤੁਹਾਡੇ ਦਿਮਾਗ 'ਚ ਆਉਂਦਾ ਯਾਰ ਇਹ ਗੱਲ ਤਾਂ ਮੈਂ ਕਰਨੀ ਸੀ ਪਰ ਨਾ ਤੁਸੀਂ ਉਹਨੂੰ ਛੱਡਣ ਜੋਗੇ ਵੈਸੇ ਕੋਸ਼ਿਸ਼ ਕਰਨੀ ਜਿਹਦੀ ਕਾਮੇਡੀਅਨ ਜਿਹੜੇ ਇਕੱਠੇ ਹੋਣ ਆਪਸ 'ਚ ਉਹ ਗੱਲ ਕਰਨ ਹੀ ਨਾ ਜਿਹੜੀ ਆਪਾਂ ਕਰਨੀ ਹੈ ਕਾਮੇਡੀ ਜਿਹੜੀ ਸੁਣਾਉਣੀ ਹੈ ਕਾਮੇਡੀਅਨਾਂ ਦੇ ਵਿੱਚ ਖਾਸ ਤੌਰ 'ਤੇ ਕਰਨ ਹੀ ਨਾ ਇਹ ਕੀ ਚੱਕਰ ਹੈ
क्योंकि कई बार तो कुदरत वालों आ जाती गल तो कई कमेडियन ऐसे ने जो असी कोई गल सुनाई भी एक कबूतर होंगे कबूतरी होंगी है वो इदा गल सुनाई हासिल अगले ने कैसेट च पा देनी बाद च कहना यार तू मेरी आइटम की कहना नहीं तू तो अपना कबूतर गया मैं उन्हें कां की गल सुना देनी सुदेश लहरी जो मिमिक्री करता है बहुत वधिया हू हू लगन लग जांदा कि यार गुरदास गा रहा है जां इत्थे बडाली ब्रदर्स गा रहे ने जां मीके दी आवाज कढ दिओ इह मिमिक्री दा डायलॉग बोलना ते गाउणी इस मिमिक्री ने कदे कोई पंगा नहीं खड़ा किया कदे कोई चक्कर पिया हो कदे कोई नाराज होया हो गुस्से होया हो तुहाडे नाल कोई हाँ कई कलाकार गुस्सा कर लैंदे ने किवें ओह कहिंदे साडी मिमिक्री क्यों नहीं करदा अच्छा उल्टा गुस्सा करदे हाँ नहीं पर एक कलाकार ने यह कहता सीगा भी किसी ने अखबार दे विच कहा भी तुहाडी मिमिक्री करदे ने ओह कहिंदा ठीक है जे मेरी कोई मिमिक्री करके किसा तोरी फुलका चलदा तां चलण दो इह मतलब नैगेटिव अप्रोच कि तोरी फुलका चलदा तुहाडी अपनी कला यार नहीं नहीं इस तरह ना भी तो सामना तो नहीं करना पे इस तरह नहीं इस तरह नहीं हुंदा भी उन्हों जिदी आपां मिमिक्री करदे आ जिदी भी करदे आ उन्हों खुश होना चाहिए तो खुश होंदे भी ने मैं तो देखे भी सारे खुश होंदे ने एंजॉय करदे हाँ वो कहंदे भी यार आपां कुछ है साडी ऐड ही हुंदी है चलो फिर एक ऐड साडे नाल प्यार करदा साडे नाल एक प्यार दा सूल जिताओ मिमिक्री करके एक ब्रेक ले लो साडे लई बिल्कुल भाई राणिया भाई तू बड़ी खुशी है कि चैनल पंजाब ने मैनू बुलाया मेरी इंटरव्यू लई है जे मेरी इंटरव्यू लै रहे हैं तो तू मेरी परीक्षा लै रहे हैं तो असीं दोवें मिल के ब्रेक ही लै सकते मिलते हैं भाई ब्रेक वाह जी लहरी साहब तुसीं बड़ा शुक्रिया अदा करते हो बड़ा परमात्मा का शुक्र करते हो सारे का शुक्रिया अदा करते हो तुसीं कदे जिंदगी च माफ़ी मंगी है बिल्कुल माफ़ी मैं जिन्नियां भी अज तक स्टेजा कीतियां बाद च माफ़ी मंगी दी कोई गलती हो गई होवे ते माफ़ कर देना मतलब माफी मंगी है बिल्कुल उस तरह की किस तरह की माफी मंगी है कदे घरे भी माफी मंगदे होवोगे तीन सवालों का इजाफा होर टक टक करके जवाब देने मिस्टर सुदेश लहरी नूं केड़ा रंग पसंद है टक काला केड़ा शहर पसंद है अमृतसर अमृतसर गुरु की नगरी ते जन्म तारीख की है जिते तुहानू सारे लोग हैप्पी बर्थडे कह सकन 27 अक्टूबर टक टक हुण तक ठीक है लहरी साहब आपां गल्लां कर रहे हैं अपने जीवन दीआं बंदा जदों शुरुआत करदा उह कहिंदा मैनूं कितें ब्रेक मिल जाए मैं एक बार मंच ते आ जाए एक बार टीवी ते आ जाए उस तो बाद कहिंदा मैनूं शोहरत मिल जाए उस तो बाद कहिंदा वी पैसा मिल जाए हुण सुदेश लहरी ने ब्रेक भी लै ली शोहरत भी कमा ली पैसा भी मिल गया हुण किस चीज़ की भुख है हुण की चाहुंदा लहरी हुण राणा साहब हर एक आर्टिस्ट जदों समझे ना मैं आर्टिस्ट हाँ तद तक तो ठीक है जदों अपने मजदूर समझ लग पैंदा ना उदों फिर काम खराब हो जाता कि मैं चाहना वा भी जदों मजबूरियां सी उदों लोगों ने सानू रोलिया भी चल जो है कर वो काम कर जिहड़ा सानू पसंद भी नहीं सी करना पैंदा सी हुण मालिक ने कृपा की है ना चलो मौके भी अच्छे मिले है बड़ा वधिया हुण मैं ये चाहना वा कि मैं सोच समझ के थोड़ा काम करा चंगा करा ਹੁਣ ਪੰਜਾਬੀ ਕੁਝ ਫਿਲਮਾਂ ਆ ਰਹੀਆਂ ਨੇ ਫੀਚਰ ਫਿਲਮ ਆ ਰਹੀਆਂ ਨੇ ਠੀਕ ਆਪਣਾ ਕੋਈ ਆਡੀਓ ਦਾ ਪ੍ਰੋਜੈਕਟ ਵੀ ਸੋਚ ਰਹੇ ਹੋ ਹਾਂਜੀ ਆਡੀਓ ਵੀਡੀਓ ਵੀ ਆਪਾਂ ਕਰ ਰਹੇ ਹਾਂ ਔਰ ਵੀਡੀਓ ਸੀਰੀਜ਼ ਜਿਹੜੀਆਂ ਕਾਮੇਡੀ ਉਹ ਵੀ ਆ ਰਹੀਆਂ ਨੇ ਪੈਸਾ ਆਪ ਖਰਚਣਾ ਕਿ ਲੈਣਾ ਨਹੀਂ ਨਹੀਂ ਪੈਸਾ ਤੇ ਦੇਖੋ ਜੀ ਹੁਣ ਫਿਰ ਉਹ ਐਕਟਿੰਗ ਕਰਨ ਦਾ ਮਜ਼ਾ ਨਹੀਂ ਆਉਂਦਾ ਪੈਸੇ ਆਪਣੇ ਲੱਗੇ ਹੋਣ ਨਾ ਜਿੰਨੀ ਦੇ ਪੈਸੇ ਨਾ ਮਿਲਣ ਉਹਨੀ ਦੇ ਲੇਬਰ ਕਰਨਾ ਕੀ ਸਵਾਦ ਹੈ ਹੈ ਦੇਖੋ ਸਵਾਦ ਤਾਂ ਤਾਂ ਨਾਲੇ ਬੜੇ ਪੈਸੇ ਸ਼ੁਰੂ 'ਚ ਆਪਾਂ ਲਾਏ ਨੇ ਨਾਲੇ ਘੋੜਾ ਦੱਸ ਦੋਸਤੀ ਕਰੇਗਾ ਤਾਂ ਖਾਏਗਾ ਖਾਏਗਾ ਫਿਰ ਨਹੀਂ ਇਹ ਗੱਲ ਨਹੀਂ ਮੈਂ ਕਹਿੰਦਾ ਫਿਰ ਘੋੜਾ ਬੰਨਾ ਪੈਂਦਾ ਆਪ ईश्वर क्योंकि ईश्वर परमात्मा ओदा ही एहसान है साढ़े ते इतों तक कि माँ प्यो ने सानू जन्म भी दिता ना तो उदों ने यह थोड़ी सोचा सी भी लहरी जमूगा
बिलकुल कुछ भी ठीक है, पर परमात्मा ने सानू पैदा किया, इंसान का सानू जन्म दिता, उधरों सानू टैलेंट दिता, इन्नी दुनिया का प्यार दवाया है ना, तो उन्हें माँ प्यो भी उन्हें दिते ठीक है ना, भैन भरा रिश्तेदार फैनस असी हाँ असली जिहड़ा धन्नवाद है सब तो ज़्यादा वो ईश्वर का, तो माँ प्यो का जिहड़ा देनिया असी दे नहीं सकते जिन्हें सानू जन्म दिता है ना, तो आप कितना कितना धन्नवाद करिए ऑडियंस का, धन्नवाद करिए जिन्हें सानू स्वीकार किया है, चैनलों का धन्नवाद करिए जिन्होंने मौके दिते, भी मैं सारा ही धन्नवाद करना, पर आप ये नहीं कह सकते कि कई लोग कहना पैदा भी धन्नवाद आप मजबूरी तौर पर टीवी पर बैठे हाँ भी सारे का धन्नवाद, पर धन्नवाद वो ये भी जिहड़ा कोई सहन करके तो वह जितलावे ना तो वह ईश्वर ही है, वह ईश्वर है जिहड़ा जिता। वेरी गुड, बहुत अच्छा जवाब है, बड़ी वधिया गल्लां होईयां सुदेश जी, तुहाडे नाल असीं तुहाडा धन्नवाद करते हैं। धन्नवाद करन तों पहलां मैं तुहाडे लई किसे शायर दीआं चार सतरां कहांगा कि जिंदगी की असली उड़ान अभी बाकी है, अपने इरादों का इम्तिहान अभी बाकी है, अभी तो नापी है मुट्ठी भर जमीन, आगे तो सारा आसमान अभी बाकी है। मेरे अगे भी काफ़ी आसमान है, तुहाडे अगे भी, साडे वल्लों, साडे चैनल वल्लों शुभ शामां, दर्शकां वल्लों शुभ शामां, दिन रूणी ते रात चौकणी, तरक्की करो दोस्तों। अगले एपीसोड दे विच किसे होर कलाकार दी खिच्चू करांगे, मेरा मतलब मुलाकात करांगे, तद तक लई टेक केयर, बाय।